ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ਼ ਹੋਈ ਸੀ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀਆਂ ਗਲੀਆਂ ਉਹਨਾਂ ਦੇ ਮੁਹੱਲਿਆਂ ਜਾਂ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਕੰਮ ਵਿਕਾਸ ਪੱਖੋਂ ਠੱਪ ਪਏ ਨੇ ਲੋਕਾਂ ਨੂੰ ਉਮੀਦ ਦੀ ਕਿਰਨ ਜਾਗੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਨਾਲ ਉਹਨਾਂ ਨੂੰ ਜਿਹੜੀ ਕੁਝ ਰਾਹਤ ਹੈ ਜਿਹੜੀ ਮਹਿਸੂਸ ਹੋਵੇਗੀ ਤੇ ਵਿਕਾਸ ਕੰਮ ਹੈ ਜਿਹੜੇ ਉਹ ਤੜਲੇ ਨਾਲ ਕਰਵਾਏ ਜਾਣਗੇ ਪਰੰਤੂ ਅੱਜ 1.5 ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਿਆ ਨੂੰ ਪਰੰਤੂ ਅੱਜ ਵੀ ਲੋਕ ਆ ਜਿਹੜੇ ਉਹ ਕਿਤੇ ਨਾ ਕਿਤੇ ਨਿਰਾਸ਼ੀ ਦਿਖਾਈ ਦੇ ਰਹੇ ਨੇ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਵਾਰਡ ਨੰਬਰ 22 ਅਧੀਨ ਆਉਂਦੇ ਮੁਹੱਲਾ ਪਿੱਪਲਾਂ ਵਾਲਾ ਦੇ ਪਖਵਾਣਾ ਮੁਹੱਲੇ ਦੇ ਵਿੱਚ ਮੌਜੂਦ ਆ ਜੇਕਰ ਆਪਾਂ ਮੁਹੱਲੇ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਮੁਹੱਲੇ ਦੇ ਹਾਲਾਤ ਆ ਜਿਹੜੇ ਬਹੁਤ ਹੀ ਜ਼ਿਆਦਾ ਮਾੜੇ ਨੇ ਜਾਂ ਆਪਾਂ ਇੰਜ ਵੀ ਕਹਿ ਸਕਦੇ ਆ ਕਿ ਲੋਕ ਨਰਕ ਭਰੀ ਜ਼ਿੰਦਗੀ ਜੀਉਣ ਨੂੰ ਮਜਬੂਰ ਨੇ ਸੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਸਾਡਾ ਮੁਲਕ ਆਜ਼ਾਦ ਹੋਇਆ ਨੂੰ 75 ਸਾਲਾਂ ਦੇ ਵਧੇਰੇ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੈ ਪਰੰਤੂ ਅੱਜ ਵੀ ਇਸ ਇਹ ਮੁਹੱਲਾ ਜਿਹੜਾ ਉਹ ਸੀਵਰੇਜ ਪੱਖੋਂ ਵਾਂਝਾ ਹੈ ਮੁਹੱਲੇ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਜਾ ਕੇ ਆਪਾਂ ਮੁਹੱਲੇ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ 25-30 ਸਾਲ ਪਹਿਲਾਂ ਯਾਨੀ ਕਿ 2 ਤੋਂ 3 ਦਹਾਕੀਆਂ ਪਹਿਲਾਂ ਇਸ ਪਿੰਡ ਦੇ ਵਿੱਚ ਇੱਟਾਂ ਦੀ ਸੜਕ ਬਣਾਈ ਸੀ ਪਰੰਤੂ ਇਹ ਮੁਹੱਲਾ ਵਾਸੀਆਂ ਦੀ ਕਿਸਮਤ ਇੰਨੀ ਕੁ ਮਾੜੀ ਹੈ ਕਿ ਜਿੱਥੇ ਉਹਨਾਂ ਨੂੰ ਨਾ ਤਾਂ ਸੀਵਰੇਜ ਦੀ ਸਹੂਲਤ ਹੀ ਨਸੀਬ ਹੋਈ ਹੈ ਤੇ ਸੜਕਾਂ ਤੋਂ ਸੜਕਾਂ ਦੀ ਸਹੂਲਤ ਉਹ ਵੀ ਉਹ ਵਾਂਝੇ ਫਿਰ ਰਹੇ ਨੇ ਸੋ ਮੇਰੇ ਨਾਲ ਇੱਥੇ ਗੱਲਬਾਤ ਕਰਨ ਲਈ ਇਹ ਮੁਹੱਲਾ ਵਾਸੀ ਮੌਜੂਦ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਆਂਟੀ ਜੀ ਕੀ ਨਾਮ ਹੈ ਜੀ ਅੰਗਰਪਾਲਪੁਰ ਕਿਹੜਾ ਮੁਹੱਲਾ ਜੀ ਇੱਕ ਵਾਰ ਦੱਸ ਦਿਓ ਖੋਹਣਾ ਨਿਆੜਾ ਰੋਡ ਕੀ ਇੱਥੇ ਤੁਹਾਨੂੰ ਦਿੱਕਤ ਆ ਰਹੀ ਆ ਆਪਾਂ ਮੁਹੱਲੇ ਦੀ ਗੱਲ ਕਰ ਰਹੇ ਤਾਂ ਮੁਹੱਲੇ ਦੇ ਜਿਹੜੇ ਹਾਲਾਤ ਹੈ ਉਹ ਬੜੇ ਗੰਦੇ ਹਾਲਾਤ ਹੈ ਜੀ ਇਹ ਮੁਹੱਲੇ ਦੇ ਹਾਲਾਤ ਜੀ ਸਾਰੇ ਬੜੇ ਗੰਦੇ ਹਾਲਾਤ ਤਾਨੂੰ ਕਿੰਨਾ ਸਮਾਂ ਹੋ ਗਿਆ ਤੇ ਮੋਹਲੇ ਚ ਰਹਿੰਦੇ ਆ ਤੁਹਾਨੂੰ ਤਾਂ 40 ਸਾਲ ਹੋ ਬਿਚਲੇ ਰਹਿੰਦੇ ਨੇ ਕਦੀ 40 ਸਾਲਾਂ ਸਾਲਾਂ ਦੇ ਵਿੱਚ ਸੁਧਾਰ ਕਦੇ ਨਹੀਂ ਦੇਖਿਆ ਜੀ ਕੋਈ ਸੁਧਾਰ ਨਹੀਂ ਕੀਤਾ ਕਿ ਕੋਈ ਆਣਾ ਨਹੀਂ ਮੁਰਕੇ ਵੋਟਾਂ ਲੈਣੇ ਮੁਰਕੇ ਕੋਈ ਬੜਦਾ ਨਹੀਂ ਹਣਕੇ ਹੋਰ ਕੋਈ ਨਹੀਂ ਬੜਦਾ ਮੁਰਕੇ ਵੋਟ ਲੈ ਜਾਂਦੀਆਂ ਮੈਂ ਤਾਂ ਤਾਲੇ ਕਰਕੇ ਲੈਣਾ ਤੁਹਾਡੇ ਆ ਕਰਾਂਗੇ ਤੁਹਾਡੇ ਆ ਕਰਾਂਗੇ ਸਾਡੇ ਮੁਰਕੇ ਸਾਡੇ ਕੋ ਮਰਿਆ ਤੇ ਵੀ ਨਹੀਂ ਆਉਂਦਾ ਵੇ ਮਰ ਗਏ ਕਿ ਜਿੰਦੇ ਆ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੀਆਂ ਉਮੀਦਵਾਰਾਂ ਇਸ ਤੋਂ ਪਹਿਲਾਂ ਕਾਂਗਰਸ ਅਕਾਲੀ ਦਲ ਵਾਲੇ ਵੀ ਰਹੇ ਆ ਉਹਨਾਂ ਨੇ ਵੀ ਕੋਈ ਵਿਕਾਸ ਨਹੀਂ ਕਰਵਾਇਆ ਕੁਛ ਵੀ ਨਹੀਂ ਕੀਤਾ ਕਿਸੇ ਨੇ ਵੀ ਨਹੀਂ ਕੁਛ ਵੀ ਕੀਤਾ ਲਾਰੇ ਲੱਪੇ ਲਾ ਕੇ ਚੱਲ ਜਾਂਦੇ ਆ ਮੁੜ ਕੇ ਕੋਈ ਨਹੀਂ ਆਣ ਕੇ ਵੜਦਾ ਝਾੜੂ ਵਾਲੇ ਹੁਣ ਕੀ ਕਹਿੰਦੇ ਆ ਜੀ ਝਾੜੂ ਵਾਲੇ ਕਹਿੰਦੇ ਅਸੀਂ ਕਰਾਂਗੇ ਮੁੜ ਕੇ ਹੁਣ ਦੇਖੋ ਉਹ ਭਰਾ ਬੰਦੀ ਆ ਦੇਖੋ ਜੇ ਕਰਵੋਗੇ ਤਾਂ ਠੀਕ ਆ ਨਾ ਕਰੂਗੇ ਨਾ ਸਾਡੇ ਘਰੇ ਕਿਸੇ ਦਾ ਜੋਰ ਆ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਕਿਰਨ ਬਾਲਾ ਅਸੀਂ ਹੁਸ਼ਿਆਰਪੁਰ ਪਖਵਾਣਾ ਮੱਲਾ ਪਿਪਣਾ ਵਾਲ ਨਿਆੜਾ ਰੋਡ ਦੇ ਰਹਿਣ ਵਾਲੇ ਆ ਅਸੀਂ ਇਸ ਮੁਹੱਲੇ ਦੇ ਵਿੱਚ ਇੰਨੀ ਕਿ ਦਿੱਕਤ ਤੋਂ ਮਜਬੂਰ ਹੋ ਰਹਿਣ ਤੋਂ ਮਜਬੂਰ ਹੋ ਰਹੇ ਹਾਂ ਕਿ ਬਹੁਤ ਜ਼ਿਆਦਾ ਸਾਡੇ ਮੁਹੱਲੇ ਦੇ ਹਾਲਾਤ ਖਰਾਬ ਆ 1992 ਦੇ ਐਕਟ ਤੋਂ ਆ ਦਾ ਆਧਾਰ ਤੇ ਜਿਹੜਾ ਇਹ ਸਾਡਾ ਮੁਹੱਲਾ ਆ ਇਹ ਸੀ ਕਮੇਟੀ ਦੇ ਅੰਦਰ ਆ ਚੁੱਕਾ ਹੈ ਲੇਕਿਨ ਉਸ ਤੋਂ ਬਾਅਦ ਅਕਾਲੀ ਦਲ ਆਏ ਅਕਾਲੀ ਦਲ ਵਾਲਿਆਂ ਨੇ ਵੀ ਉਮੀਦਾਂ ਜਗਾਈਆਂ ਲੇਕਿਨ ਕੀਤਾ ਕੁਝ ਨਹੀਂ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਨੇ ਵੀ ਸਾਨੂੰ ਉਮੀਦਾਂ ਬਹੁਤ ਜਗਾਈਆਂ ਪਰ ਕੁਝ ਨਹੀਂ ਸਾਡੇ ਹੱਥ ਪੱਲੇ ਪਿਆ ਉਸ ਤੋਂ ਬਾਅਦ ਹੁਣ ਸਾਡੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਹਨਾਂ ਤੋਂ ਵੀ ਸਾਨੂੰ ਬਹੁਤ ਉਮੀਦ ਹੈ ਹਾਲੇ ਵੀ ਰੱਖੀ ਵੀ ਆ ਪਰ ਸਾਨੂੰ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਐਨੀ ਕਿ ਦਿੱਕਤ ਆ ਸਾਡੇ ਕਿ ਜਦੋਂ ਬਾਰਿਸ਼ ਆ ਜਾਂਦੀ ਆ ਕੋਈ ਮੋਟਰਸਾਈਕਲ ਸਕੂਟਰ ਗੱਡੀ ਤਾਂ ਕੀ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਔਰ ਸੀਵਰੇਜ ਦੀ ਐਨੀ ਕਿ ਦਿੱਕਤ ਆ ਕਿ ਕਲੀਆਂਆਂ ਨਾਲੀਆਂ ਘਰਾਂ ਦਾ ਪਾਣੀ ਜਿਹੜਾ ਉਹਦੀ ਨਿਕਾਸੀ ਕਿਸੇ ਪਾਸੇ ਨਹੀਂ ਆ ਦੂਸਰਾ ਜਿਹੜੀਆਂ ਜਿਸ ਵੇਲੇ ਮਤਲਬ ਅਕਾਲੀ ਦਲ ਕਾਂਗਰਸ ਕਾਲੀਦਾਸ ਸੀਗਾ ਉਸ ਵੇਲੇ ਸਾਡੀ ਗਲੀਆਂ ਜਿਹੜੀਆਂ ਸੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਸੀਆਂ ਇਹਨਾਂ ਨੇ ਪੱਟ ਕੇ ਵਾਟਰ ਸਪਲਾਈ ਪਾਈ ਆ ਉਸ ਤੋਂ ਬਾਅਦ ਗਲੀਆਂ 'ਤੇ ਧਿਆਨ ਨਹੀਂ ਦਿੱਤਾ ਹੁਣ ਸਾਸੀ ਮਤਲਬ ਕਿ ਨਰਕ ਦੀ ਜ਼ਿੰਦਗੀ ਜੀਉ ਰਹੇ ਆ ਇੱਥੇ ਕਿਹਾ ਜਾ ਰਿਹਾ ਕਿ ਅੱਜ ਤੱਕ ਦੇਸ਼ ਆਜ਼ਾਦ ਹੋਇਆ ਨੂੰ ਜਿਹੜਾ 75 ਸਾਲਾਂ ਦੇ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਿਆ ਕਿ ਅੱਜ ਤੱਕ ਸੀਵਰੇਜ ਦੀ ਸੋਹਰ ਤਰੀ ਤੁਹਾਨੂੰ ਨਸੀਬ ਹੋਈ ਦੂਜੇ ਪਾਸੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਚਾਹੇ ਪੰਜਾਬ ਸਰਕਾਰਾ ਚਾਹੇ ਕੇਂਦਰ ਸਰਕਾਰ ਹੈ ਉਹ ਚੰਦਰਮਾ ਤੱਕ ਪਹੁੰਚਣ ਦੀਆਂ ਜਿਹੜੇ ਦੁਹਾਈਆਂ ਦੇ ਰਹੇ ਬਿਲਕੁਲ ਹਾਂਜੀ ਦੇਖੋ ਦੁਹਾਈ ਦੇਖੋ ਚੰਦਰਮਾ ਤੱਕ ਦੇ ਪਹੁੰਚ ਰਹੀ ਆ ਨਾ ਅਸੀਂ ਪਿੰਡਾਂ 'ਚ ਜਾਂਦੇ ਆ ਪਿੰਡਾਂ 'ਚ ਐ ਪਿਆ ਗਲੀਆਂ ਨਾਲੀਆਂ ਇੰਨਾ ਬਕਾਇਦਾ ਬਣੀਆਂ ਬਹੁਤ ਸੋਹਣੀਆਂ ਅਸੀਂ ਲੋਕਲ ਸਿਟੀਜ਼ਨ ਹੋਣ ਦਾ ਖਾਤਰ ਵੀ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਅਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਆ ਸਾਡੇ ਕੋਈ ਮਤਲਬ ਆਉਂਦੇ ਜ਼ਰੂਰ ਆਏ ਨਹੀਂ ਕਿ ਨਹੀਂ ਆਉਂਦੇ ਆਉਂਦੇ ਆ ਕਹਿ ਕੇ ਚਲ ਜਾਂਦੇ ਲੇਕਿਨ ਮੁੜ ਕੇ ਕੋਈ ਫੇਰਾ ਨਹੀਂ ਪਾਉਂਦਾ ਨਾ ਕਾਲੀ ਸਰਕਾਰ ਨਾ ਕਾਂਗਰਸ ਸਰਕਾਰ ਨਾ ਆਮ ਆਦਮੀ ਪਾਰਟੀ ਸਰਕਾਰ ਬ੍ਰਹਮਾ ਗਰਜਿੰਪਾ ਆਏ ਕਿ ਦੀ ਮੰਤਰੀ ਬਣਨ ਤੋਂ ਬਾਅਦ ਕਿਉਂਕਿ ਇੱਕ ਵੱਡੀ ਜਿੱਤ ਹਾਸਲ ਕੀਤੀ ਨਹੀਂ ਜੀ ਕੋਈ ਨਹੀਂ ਆਇਆ ਜੀ ਸਾਡੇ ਇੱਥੇ ਕੋਈ ਵੀ ਕਿਸੇ ਨੇ ਵੀ ਆਣ ਕੇ ਪੁੱਛਿਆ ਨਹੀਂ ਤੁਸੀਂ ਹਾਲਾਤ ਖੁਦ ਦੇਖ ਲਏ ਆ ਸਰ ਸਾਰਾ ਕੁਝ ਤੁਸੀਂ ਖੁਦ ਦੇਖ ਲਿਆ ਵੋਟਾ ਵੋਟਾ ਕਿਹੜੀ ਪਾਰਟੀ ਨੂੰ ਪਾਈਆਂ ਸੀ ਸੱਸਾ ਦੱਸਣਾ ਜੀ ਨਹੀਂ ਵੋਟਾਂ ਅਸੀਂ ਕਾਂਗਰਸ ਸਰਕਾਰ ਨੂੰ ਪਾਈਆਂ ਕਿਉਂਕਿ ਅਸੀਂ ਕਾਂਗਰਸੀ ਹੈ ਸ਼ੁਰੂ ਤੋਂ ਜੇ ਕਿਹਾ ਕਿ ਜੇ ਸਰਕਾਰ ਆਉਂਦੀ ਵੀ ਆ ਜਾਂਦੀ ਵੀ ਆ ਸਰਕਾਰ ਕਾਲੀ ਵੀ ਆਈ ਕਾਂਗਰਸ ਵੀ ਆਈ ਹੁਣ ਆਮ ਆਦਮੀ ਪਾਰਟੀ ਆ ਅੱਗੇ ਤੋਂ ਸਰਕਾਰ ਕਿਹੜੀ ਆਉਣੀ ਆ ਕਿਸੇ ਨੂੰ ਕੋਈ ਪਤਾ ਨਹੀਂ ਠੀਕ ਆ ਨਾ ਲੇਕਿਨ ਕਹਿੰਦੇ ਜੱਦੀ ਪੁਸ਼ਤੀ ਜਿਹੜਾ ਹੁੰਦਾ ਨਾ ਉਹ ਜੱਦੀ ਪੁਸ਼ਤੀ ਆਪਣਾ ਛੱਡਦਾ ਨਹੀਂ ਠੀਕ ਆ ਲੇਕਿਨ ਸਾਨੂੰ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਮੇਹਨਤੋਂ ਸਾਡੀ ਹੱਥ ਜੋੜ ਕੇ ਕਿ ਸਾਡੇ ਮਹੱਲੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੇ ਬੱਚੇ ਜਿਹੜੇ ਗਾਂ ਪੜ ਰਹੇ ਆ ਅਸੀਂ ਤਾਂ ਜ਼ਿੰਦਗੀ ਗੁਜ਼ਾਰ ਲਈ ਜਿੱਦ ਦੱਸਗੀ ਹੁਣ ਸਾਡੇ ਬੱਚਿਆਂ ਦਾ ਚਲ ਕੋਈ ਥੋੜੀ ਜਿਹੀ ਸਹੂਲਤ ਚਾਹੀਦੀ ਸਾਨੂੰ ਅਗਰ ਅਸੀਂ ਸਿੰਘੜੀਵਾਲ ਵਾਲਿਆਂ ਨੂੰ ਕਹਿੰਦੇ ਕਿ ਸਾਡੇ ਸੀਵਰੇਜ ਦੀ ਸਾਡੀ ਮਦਦ ਕਰੋ ਫੇਰ ਤੁਸੀਂ ਸਾਡੇ ਨਾਲ ਸਹਿਯੋਗ ਦਿਓ ਉਧਰੋਂ ਵੀ ਸਾਨੂੰ ਜਵਾਬ ਆਉਂਦਾ ਨਿਆੜੇ ਵਾਲੇ ਵਾਲਿਆਂ ਅਸੀਂ ਬੇਨਤੀ ਕਰਦੇ ਉਧਰੋਂ ਵੀ ਸਾਨੂੰ ਜਵਾਬ ਆਉਂਦਾ ਪਿੱਪੜਾ ਵਾਲੇ ਵਾਲ ਅਸੀਂ ਬੇਨਤੀ ਕਰਦੇ ਸਾਨੂੰ ਉਧਰੋਂ ਵੀ ਜਵਾਬ ਆਉਂਦਾ ਸਾਨੂੰ ਸਾਰੇ ਪਾਸੋਂ ਹੱਥ ਖੜੇ ਨਜ਼ਰ ਆ ਰਹੇ ਆ ਜੀ ਭਾਈ ਸਾਹਿਬ ਬਹੁਤ ਸਾਰੀਆਂ ਉਮੀਦਾਂ ਸਨ ਜਿਵੇਂ ਕਿ ਦੱਸਿਆ ਕਿ 1992 ਤੋਂ ਬਾਅਦ ਇਹ ਜਿਹੜਾ ਇਹ ਮੁਹੱਲਾ ਤੁਹਾਡਾ ਜਾਂ ਪਿੰਡ ਸਿਗਾ ਜੋ ਪਹਿਲਾਂ ਇਹ ਨਗਰ ਨਿਗਮ ਦੀ ਹੱਦ ਦੇ ਵਿੱਚ ਆ ਗਿਆ ਤਾਂ ਬਹੁਤ ਸਾਰੀਆਂ ਉਮੀਦਾਂ ਸੀ ਕਿ ਨਗਰ ਨਿਗਮ ਹੁਣ ਹੁਸ਼ਿਆਰਪੁਰ ਬਣ ਗਿਆ ਤਾਂ ਕਿਹਾ ਜਾਂਦਾ ਹੈਗਾ ਕਿ ਬਹੁਤ ਸਾਰੇ ਹੁਣ ਵੱਡੇ ਪੱਧਰ ਤੇ ਜਿਹੜੇ ਵਿਕਾਸ ਦੇ ਪ੍ਰੋਜੈਕਟ ਲੈ ਜਾਣਗੇ ਕਿਸ ਤਰ੍ਹਾਂ ਵੇਖਦੇ ਹਾਂ ਕਿਉਂਕਿ ਅੱਜ ਵੀ ਤੁਹਾਡਾ ਮੱਲ ਹੈ ਜਿਹੜਾ ਉਹ ਗਲੀਆਂ ਤੋਂ ਵੀ ਆਵਾਜ਼ ਆ ਰਿਹਾ ਹੈ ਸੀਵਰੇਜ ਤੋਂ ਵੀ ਆਵਾਜ਼ ਆ ਰਹੀ ਜੀ ਉਹ ਹਾਲਾਤ ਬਹੁਤ ਮਾੜੇ ਹੈਗੇ ਇੱਥੇ ਗਲੀਆਂ ਸਾਰੀਆਂ ਟੁੱਟੀਆਂ ਹੈਗੀਆਂ ਸੀਵਰੇਜ ਹੈ ਨਹੀਂ ਪਾਣੀ ਦੀ ਕਿਸੇ ਪਾਸੇ ਨਿਕਾਸੀ ਹੈ ਨਹੀਂ ਬਹੁਤ ਬੁਰੇ ਹਾਲਾਤ ਹੈ ਕਹਿਣ ਨੂੰ ਤਾਂ ਇਹ ਸ਼ਹਿਰ ਦਾ ਹਿੱਸਾ ਹੈਗਾ ਪਰ ਇਹ ਕਹ ਲੋ ਬਹੁਤ ਪੈੜਾ ਹੈਗਾ ਜੇ ਤਾਂ ਇਹਦੇ ਨਾਲ ਵਧੀਆ ਹਾਲੇ ਚੁਗੀਆਂ ਦੇ ਵਿੱਚ ਅਰੇਂਜਮੈਂਟ ਸ਼ਾਇਦ ਹੋਏਗੀ ਪਰ ਇੱਥੇ ਇੰਨਾ ਬੁਰਾ ਹਾਲ ਹੈਗਾ ਪੁੱਛੋ ਨਾ ਬਿਮਾਰੀਆਂ ਸਾਰੇ ਪਾਸੇ ਫੈਲੀਆਂ ਪਾਣੀ ਸਾਰੇ ਪਾਸੇ ਗਲੀਆਂ ਚ ਹੈਗਾ ਟੁੱਟੀਆਂ ਗਲੀਆਂ ਸਾਰੇ ਪਾਸੇ ਹੈਗੀਆਂ ਪਾਣੀ ਦੀ ਗੱਲ ਕਰੀਏ ਆਪਾਂ ਸਿਹਤ ਮੈਹਿਕਮਾ ਹਰ ਵਾਰ ਕਹਿ ਦਿੰਦਾ ਕਿ ਜਿਹੜਾ ਸ਼ੁੱਕਰਵਾਰ ਨੂੰ ਡਰਾਈ ਡੇ ਦਿਵਸ ਵਜੋਂ ਮਨਾਇਆ ਜਾਵੇ ਦੂਜੇ ਪਾਸੇ ਆਪਾਂ ਗੱਲ ਕਰੀਏ ਦੇਖੋ ਜਿੱਥੇ ਮੈਨੂੰ ਲੱਗਦਾ ਕਿੰਨਾ ਕਿੰਨਾ ਇੱਥੇ ਲਾਰਵਾ ਹੈ ਜੀ ਵਾ ਇਦਾਂ ਹੀ ਸਾਰੇ ਪਾਸੇ ਗਲੀਆਂ ਟੁੱਟੀਆਂ ਨਾਲੀਆਂ ਟੁੱਟੀਆਂ ਹੈਗੀਆਂ ਸਾਰੇ ਪਾਸੇ ਕੋਈ ਹੈ ਨਹੀਂ ਨਿਕਾਸੀ ਦਾ ਪਾਣੀ ਸਾਰਾ ਇੱਥੇ ਹੀ ਰਹਿੰਦਾ ਹੈਗਾ ਤੇ ਨਾ ਕੋਈ ਆਪਣਾ ਵੋਟਾਂ ਦੇ ਪਹਿਲੇ ਆਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਕਾਉਂਸਲਰ ਦੇ ਇਲੈਕਸ਼ਨ ਉਦੋਂ ਆਏ ਜੀ ਬਾਅ ਆਪਣੇ ਜਿਹੜੇ ਜਿੰਪਾ ਸਾਹਿਬ ਹੈਗੇ ਉਹ ਵੀ ਨਹੀਂ ਕਦੀ ਇੱਥੇ ਆਏ ਹੈਗੇ ਬਾਅਦ ਕੋਈ ਖਬਰ ਲੈਂਦਾ ਨੀ ਵੋਟਾਂ ਦੇ ਵੇਲੇ ਆਂਦੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਬਾਅਦ ਵਿੱਚ ਕੋਈ ਨ ਪੁੱਛਦਾ ਹੈਗਾ ਇੱਥੇ ਪਿਛੇ ਵਜੇ ਤੁਸੀਂ ਡਾਕਟਰ ਹੋ ਜੀ ਹਾਂ ਜੀ ਤਾਂ ਜਿਸ ਤਰ੍ਹਾਂ ਲਾਰਵਾ ਫੈਲ ਹੋਇਆ ਥਾਂ ਥਾਂ ਪਾਣੀ ਦੇ ਗੰਦੇ ਪਾਣੀ ਦੇ ਢੇਰ ਆ ਸਫਾਈ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਕਿਹੜੀਆਂ ਬਿਮਾਰੀਆਂ ਫਿਰ ਫੈਲਣ ਦਾ ਖਰਚਾ ਬਣਿਆ ਰਹਿੰਦਾ ਜੀ ਮਲੇਚ ਦੇ ਦੇਖੋ ਜੀ ਮਲੇਰੀਆ ਡੇਂਗੂ ਠੀਕ ਹੈ ਡਾਇਰੀਆ ਸਾਰੀਆਂ ਬਿਮਾਰੀਆਂ ਦਾ ਘਰ ਹੈਗੇ ਇਹ ਕਿਉਂਕਿ ਦੁਨੀਆ ਜਾਂਦੇ ਇੱਥੇ ਮੱਛਰ ਕੀੜੇ ਮਕੋੜੇ ਹਰ ਚੀਜ਼ ਆ ਗਈਆਂ ਇੱ ਤੇ ਛੋਟੇ ਛੋਟੇ ਬੱਚੇ ਇੱਥੇ ਹੈਗੇ ਆਇਦਨ ਕੋਈ ਨਾ ਕੋਈ ਬਿਮਾਰ ਰਹਿੰਦਾ ਹੈਗਾ ਸਭ ਕੋਈ ਹਸਪੀਟਲ ਨੂੰ ਜਾ ਰਹੇ ਹੈਗੇ ਸਭ ਬਹੁਤ ਬੁਰੇ ਹਾਲਾਤ ਹੈਗੇ ਥੇ ਜੀ ਸੋ ਸਾਡੇ ਨਾਲ ਹੋਰ ਵੀ ਮੋਹੱਲਾ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਆਂ ਕੀ ਨਾਮ ਹੈ ਤੁਹਾਡਾ ਗੁਰਮੇਲ ਚੰਦ ਗੁਰਮੇਲ ਚੰਦ ਜੀ ਕਿਹੜਾ ਮੋਹੱਲਾ ਜੀ ਨੇੜਾ ਰੋਡ ਪਖਵਾਨਾ ਜੀ ਮੋਹੱਲਾ ਆ ਤੇ ਕੀ ਕਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਇੱਕ ਪਾਸੇ ਸਰਕਾਰਾਂ ਹੁਸ਼ਾਰਪੁਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਦੋ ਮੰਤਰੀ ਹੈ ਦੋਨੋਂ ਹੀ ਦੋਵਾਂ ਹੀ ਵੱਡੇ ਮੰਤਰੀ ਨੇ ਇੱਕ ਪੰਜਾਬ ਦਾ ਮੰਤਰੀ ਆ ਬ੍ਰਹਮਸ਼ੰਕਰ ਜੀ ਪਰ ਰੈਵਿਨਿਊ ਮਿਨਿਸਟਰ ਨੇ ਕੈਬਨਿਟ ਮੰਤਰੀ ਨੇ ਸੋ ਦੂਜੇ ਪਾਸੇ ਭਾਜਪਾ ਦੇ ਸੰਸਦਨਿਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਦੀ ਵੇਖਿਆ ਇਧਰਲੇ ਇਲਾਕੇ ਦੇ ਵਿੱਚ ਸਾਡੇ ਏਰੀਆ ਵਿੱਚ ਕੋਈ ਬੰਦਾ ਨਹੀਂ ਆਉਂਦਾ ਜੀ ਦੋਹਾਂ ਦਾ ਕੋਈ ਵੀ ਮੰਤਰੀ ਕੋਈ ਨਹੀਂ ਆਇਆ ਮੰਤਰੀ ਮੰਤਰੀ ਦੇ ਵੀ ਪਤਾ ਹੜੇ ਮਹੱਲਾ ਦੇ ਪੱਖਾਣਾ ਵੀ ਹੈਗਾ ਵਾਲੇ ਹੁਸ਼ਿਆਰਪੁਰ ਦੇ ਵਿੱਚ ਦੇਖੋ ਅਸੀਂ ਇਹਨਾਂ ਗੱਬੇ 'ਚ ਫਸਿਓ ਪਿਪਾਲ ਦੇ ਤਾਂ ਸਿੰਗੜੇ ਦੇ ਬਚਕਾਰਾ ਨਾ ਸਾਨੂੰ ਪਿਪਾਲਾਂ ਦਾ ਚੱਲਦਾ ਨਾ ਸਾਨੂੰ ਪਿਪਾਲ ਚੱਲਦਾ ਨਾ ਸਿੰਗੜੇ ਵਾਲਾ ਇਹਨੂੰ ਸਿੰਗੜੇ ਵਾਲੇ ਸਾਡੀ ਹਾਲਤ ਇੰਨੀ ਖਰਾਬ ਹੈ ਨਾ ਪੁੱਛੋ ਕੁਝ ਨਹੀਂ ਮਜਬੂਰ ਆ ਇੱਥੇ ਰਹਿਣ ਨੂੰ ਕਿੰਨੇ ਘਰ ਰਹੇ ਜੀ ਮਹੱਲੇ ਦੇ ਵਿੱਚ ਘਰ ਕਿੰਨੇ ਟੁੱਟੇ 35 40 ਦੇ ਘਰ ਹੈਗੇ ਜੀ ਬਸੋ ਕਿੰਨੇ ਘਰ ਟੁੱਟੇ ਸਾਈਕਲ ਬਸੇ 300 360 300 ਸਰ ਹੋਣੀ ਹੈ ਹਾਂ ਕਿਵੇਂ ਗੁਜ਼ਾਰਾ ਕਰਦੇ ਹਾਂ ਕਿਉਂਕਿ ਮੱਛਰ ਵੀ ਕਾਫੀ ਜ਼ਿਆਦਾ ਇੱਥੇ ਬਿਮਾਰੀਆਂ ਫੈਲਣ ਦਾ ਹਰ ਵਕਤ ਜਿਹੜਾ ਡਰ ਬਣਿਆ ਰਹਿੰਦਾ ਜੀ ਗੁਜ਼ਾਰਾ ਤਾਂ ਹੈ ਵੀ ਹੁਣ ਮਜਬੂਰੀ ਨੂੰ ਇੱਥੇ ਕਾਏ ਪੈਸੇ ਲਾਇਆ ਘਰ ਬਣਾਇਆ ਤੇ ਜੱਗ ਛੱਡ ਕੇ ਵੀ ਨਹੀਂ ਜਾ ਸਾਡੀ ਅਸੀਂ ਜਗਾ ਵੀ ਨਹੀਂ ਵੇਚਦੀ ਸਾੜ ਤਾਂ ਹੁਣ ਗਿਆ ਨਿਆਲੇ ਰਿਸ਼ਤੇ ਨਹੀਂ ਆਂਦੇ ਅਗਲੇ ਪਹਿਲਾਂ ਤੇ ਸਾਡੇ ਤਾਂ ਮੁੰਡੇ ਵੀ ਮੰਗ ਮੰਗ ਵਿਆਹ ਹੁੰਦੇ ਕੁੜੀਆਂ ਕਹਿੰਦੇ ਇੱਥੇ ਵੀ ਆਉਣੇ ਅਸੀਂ ਮੁੰਡੇ ਇੱਕ ਪਾਸੇ ਸਰਕਾਰਾਂ ਆ ਆਪਾਂ ਇਹ ਪੰਜਾਬ ਸਰਕਾਰ ਦੀ ਗੱਲ ਕਰੀਏ ਇਹ ਮਿਸ਼ਨ ਨੇ ਤੰਦਰੁਸਤ ਪੰਜਾਬ ਇਹਨਾਂ ਵੱਲ ਮੁਹਿੰਮ ਚਲਾਈ ਗਈ ਹੈ ਕੇਂਦਰ ਸਰਕਾਰ ਦੀ ਗੱਲ ਕਰੀਏ ਸਵਸ਼ ਭਾਰਤ ਮੁਹਿੰਮ ਚਲਾਈ ਗਈ ਹੈ ਕੀ ਲੱਗਦਾ ਕਿ ਸਰਕਾਰਾਂ ਜਾਂ ਪੰਜਾਬ ਸਰਕਾਰ ਇਹਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਦੇ ਤਾਂ ਜਿਹੜੀ ਕੇਂਦਰ ਦਾ ਭਾਰਤ ਦਾ ਹਿੱਸਾ ਨਹੀਂ ਮੰਨਦੇ ਮੱਲੇ ਨੂੰ ਨਹੀਂ ਇਹ ਤਾਂ ਦੇਖੋ ਹੈਗੇ ਤਾਂ ਅਸੀਂ ਇੱਥੇ ਦੇ ਰਿਆ ਵਾਸੀ ਆ ਪਰ ਇਹ ਸਮੇਂ ਨੂੰ ਨਹੀਂ ਲੱਗਦਾ ਵੀ ਸਾਨੂੰ ਮੰਨਦੇ ਜੇ ਸਾਡਾ ਮੰਨਦੇ ਹੁੰਦੇ ਸਾਨੂੰ ਕੁਝ ਤਾਂ ਸਾਡਾ ਸੁਧਾਰ ਨਾਲ ਕਰਦੇ ਸਾਡਾ ਜੇ ਸਾਨੂੰ ਕੁਛ ਸਮਝਦੇ ਹੁੰਦੇ ਸਾਰੇ ਸੁਧਾਰਨਾ ਕਰਦੇ ਕੁਛ ਦੇਖੋ ਨਾ ਐਨਚੇ ਦੇ ਸਾਨੂੰ ਇੱਥੇ ਸਾਨੂੰ 1992 ਦੀ ਜਗ੍ਹਾ ਲਈ ਹੋਇਆ ਇੱਥੇ ਸੀ ਹਾਂਜੀ ਨਾ ਅਸੀਂ ਛੱਡ ਕੇ ਜਾਣ ਜੋਗੇ ਆ ਤੇ ਨਾ ਇੱਥੇ ਰਹਿਣ ਜੋਗੇ ਆ ਬਣੇ ਪਸੂਤੀ ਜਗ੍ਹਾ ਫਸੇ ਆ ਇਸ ਤਰ੍ਹਾਂ ਕਦੀ ਮੰਤਰੀ ਨੂੰ ਮਿਲੇ ਹੋਮ ਇਸ ਮਾਮਲੇ ਨੂੰ ਲੈ ਕੇ ਮੰਤਰੀ ਕਿਨਾਸਰ ਬੀਬੀ ਕਮਲਜੀਤ ਕੌਰ ਕੋ ਗਏ ਸੀ ਕਰਮਜੀਤ ਕੌਰ ਕਰਮਜੀਤ ਕੌਰ ਉਹਦੇ ਕੋ ਗਏ ਸੀ ਅਸੀਂ ਉਸੇ ਦੋ ਤਿੰਨ ਵੇਰੀ ਗਏ ਆ ਅਸੀਂ ਉਹਨੂੰ ਐਪਰੀਸ਼ੀਏਸ਼ਨ ਦਿੱਤੀ ਅਸੀਂ ਉਹ ਕਹਿੰਦੇ ਕੋਈ ਗੱਲ ਤੁਹਾਨੂੰ ਹਫ਼ਤੇ ਦੱਸਦੇ ਆ ਹਫਤਾ ਵੀ ਸਾਨੂੰ ਮਹੀਨੇ 2 3 2 ਹੋ ਗਿਆ 2 ਮਹੀਨੇ ਹਾਂਜੀ ਤਾਂ ਫੇਰ ਦੁਬਾਰਾ ਅਸੀਂ ਗਏ ਆ ਤਾਂ ਉਹ ਤੋਂ ਸਾਨੂੰ ਹੱਥ ਕਹਿੰਦੇ ਤੁਹਾਨੂੰ ਫੋਨ ਕਰਾਂਗੇ ਅੱਜ ਸਾਨੂੰ 15 ਕਿ ਦਿਨ ਹੋ ਗਏ ਨੇ ਸਾਨੂੰ ਫੋਨ ਨਾਲ ਕੁਝ ਨਹੀਂ ਆਇਆ ਸਾਨੂੰ ਬਾਅਦ ਚ ਮਿਲੇ ਵੀ ਨਹੀਂ ਉਹ ਐ ਉਹ ਕਹਿੰਦੇ ਕੋਈ ਗੱਲ ਤੁਹਾੰਦਾ ਸੀ ਨਾ ਇੱਕ ਦੋ ਦਿਨ ਤੱਕ ਖਬਰ ਦੰਨੇ ਆ ਵੀ ਕਿੱਦਾਂ ਤੁਹਾਡਾ ਬਣਦਾ ਸਰਦਾ ਕੁਝ ਨਹੀਂ ਬਣਦਾ ਸਰ ਮੋਲੇ ਐਮਸੀ ਸਾਹਿਬ ਕਿਹੜੇ ਨੇ ਐਮ ਸਾਹਿਬ ਜਗਰੂਤ ਧਾਮੀ ਆ ਜੀ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ ਨਾਲ ਉਹ ਤਾਂ ਆਣ ਕੇ ਬੜੇ ਹੀ ਨਹੀਂ ਇੱਥੇ ਜਿੰਨੇ ਵੀ ਸਾਡੇ ਐਮਸੀ ਆਏ ਹੱਥ ਜੋੜ ਕੇ ਸਾਡੇ ਜੋਂ ਬੋਟਾ ਲੈਣ ਆਉਂਦੀ ਆ ਆਹ ਨੂੰ ਆਤ ਆਪਣੇ ਮੇਰ ਸਗਾ ਪ੍ਰੇਮ ਇਸ ਮੇ ਹਾਂਜੀ ਉਹ ਆਥੀਓ ਪਹਿਲਾਂ ਮੇਕੋ ਆਉਗੇ ਸਾਰੀ ਹਾਂਜੀ ਖਿਆਲ ਰੱਖਿਓ ਮੈਂ ਕਹਾ ਇਹਦਾ ਤੁਹਾਡਾ ਖਿਆਲ ਹੈ ਸੁਈ ਵੀ ਸਾਡਾ ਖਿਆਲ ਰੱਖੋ ਨਾ ਅਸੀਂ ਇਹੀ ਗੱਲ ਕਹਿੰਦੇ ਵੋਟਾਂ ਤੇ ਪਾਉਣੀਆਂ ਆਈਆਂ ਵੀ ਤੁਸੀਂ ਕਮ ਸੇ ਕਮ ਸਾਡਾ ਇਨਾਂ ਸੁਧਾਰ ਕਰ ਦਿਓ ਮਿਹਰਬਾਨੀ ਕਰਕੇ ਸਾਡਾ ਗਲੀਆਂ ਬਣਾ ਦਿਓ ਸਹੀ ਸਾਨੂੰ ਸੀਗੜੇ ਪਾ ਦਿਓ ਹੋਰ ਤਾਂ ਕੋਈ ਚਾਹ ਨਹੀਂ ਮੰਗ ਮੰਗਦੇ ਨਹੀਂ ਅਸੀਂ ਹਾਂਜੀ ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਮੰਗ ਇਹ ਸਾਡੀ ਗਲੀਆਂ ਬਣ ਜਾਣ ਸਿਵਰੇ ਪੈ ਜਾਵੇ ਇੱਥੇ ਪਾਣੀ ਦਾ ਨਿਕਾਸ ਹੋ ਜਾਵੇ ਵਧੀਆ ਤਰੀਕੇ ਨਾਲ ਗਲੀਆਂ ਗੋਲੀਆਂ ਬਣ ਜਾਣ ਤਾਂ ਬਸ ਇਹੀ ਚਾਹੁੰਦੇ ਹਾਂ ਹੋਰ ਤਾਂ ਕੁਝ ਚਾਹੁੰਦੇ ਨਹੀਂ ਅਸੀਂ ਜੀ ਸਾਰੇ ਲਾ ਇੱਕ ਮਿੰਟ ਆ ਦੇਖੋ ਤਾਰਾਂ ਵਾਲ ਮਾਰਿਓ ਕੈਮਰਾ ਕਿ ਦੇਖੋ ਬਿਜਲੀ ਦਾ ਵੀ ਇੱਥੇ ਇੰਨਾ ਕਿ ਨੁਕਸਾਨ ਆ ਤਾਰਾਂ ਦੇਖੋ ਸਾਰੇ ਘਰਾਂ ਚ ਤਾਰਾਂ ਡੰਡੇ ਬੱਲੀਆਂ ਲਾ ਲਾ ਕੇ ਤਾਰਾਂ ਬੰਨੀਆਂ ਹੋਈਆਂ ਆ ਜਿਸ ਲਈ ਤਾਰਾਂ ਲੰਮਕ ਜਾਂਦੀਆਂ ਐਨੀ ਕ ਦਿੱਕਤ ਆਉਂਦੀ ਕਿ ਕੋਈ ਬੱਚਾ ਥੱਲੇ ਆਉਂਦੀ ਲੰਘੂਗਾ ਜਾਂ ਕੋਈ ਮੋਟਰਸਾਈਕਲ ਸਕੂਟਰ ਆ ਜਾਂ ਗੱਡੀ ਆ ਲੰਘੂਗਾ ਉਹਦੇ ਨਾਲ ਤਾਰ ਸੰਪਰਕ ਕਰ ਗਈ ਤਾਂ ਜਾਨ ਦਾ ਖਤਰਾ ਠੀਕ ਆ ਨਾ ਤਾਂ ਬਿਜਲੀ ਦੀ ਸਪਲਾਈ ਦਾ ਇੱਥੇ ਕੋਈ ਹੈਗਾ ਸਾਰੇ ਸ਼ਹਿਰ ਚ ਬਿਜਲੀ ਹੁੰਦੀ ਪੱਖੋਣਾ ਮਹੱਲੇ ਚ ਬੱਤੀ ਨਹੀਂ ਹੁੰਦੀ ਠੀਕ ਆ ਬੱਤੀ ਵੀ ਨਹੀਂ ਹੁੰਦੀ 32 ਤੋਂ ਵੀ ਅਸੀਂ ਬਹੁਤ ਦੁਖੀ ਆ ਦੂਸਰਾ ਮੇਨ ਸਾਡਾ ਜਿਹੜਾ ਮੁੱਦਾ ਹੈ ਉਹ ਹੈਗਾ ਆ ਸੀਵਰੇਜ ਵਾਟਰ ਸਪਲਾਈ ਦਾ ਤੇ ਗਲੀਆਂ ਦਾ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਮਿਹਨਤ ਕਰਦੇ ਆ ਸਾਰਾ ਮੱਲਾ ਪੂਰਾ ਸਾਡਾ ਮੱਲਾ ਮਿਹਨਤ ਕਰਦੇ ਆ ਸਰਕਾਰਾਂ ਅੱਗੇ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਾਡੇ ਮੱਲੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਹਦਾ ਇਸ ਧਿਆਨ ਨਾ ਦੇਣ ਕਰਕੇ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਗਾਂ ਆਬਾਦੀ ਨਹੀਂ ਹੋ ਰਹੀ ਬਰਬਾਦੀ ਹੋ ਰਹੀ ਆ ਜੀ ਸੂਚਨ ਹੁਸ਼ਾਰਪੁਰ ਦੇ ਮੁਹੱਲਾ ਪਖਵਾਣਾ ਦੇ ਵਸਨੀਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਿਹਨਾ ਹਾਲਾਤਾਂ ਦੇ ਵਿੱਚ ਮੁਹੱਲਾ ਵਾਸੀ ਰਹਿ ਰਹੇ ਆ ਮੁਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਇੱਕ ਤਰ੍ਹਾਂ ਦੇ ਨਾਲ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਚੋਣਾਂ ਤੋਂ ਪਹਿਲਾਂ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਉਹਨਾਂ ਤੱਕ ਪਹੁੰਚ ਕਰਦੇ ਨੇ ਪਰੰਤੂ ਜਿਵੇਂ ਹੀ ਚੋਣਾਂ ਹੋ ਜਾਂਦੀਆਂ ਨੇ ਸੱਤਾ ਹਾਸਲ ਹੋ ਜਾਂਦੀ ਹੈ ਦੁਬਾਰਾ ਨਾ ਤਾਂ ਕੋਈ ਵਿਧਾਇਕ ਉਹਨਾਂ ਦੇ ਪਿੰਡ 'ਚ ਵੱੜਦਾ ਹੈ ਮੁਹੱਲੇ 'ਚ ਵੱੜਦਾ ਹੈ ਤੇ ਨਾ ਹੀ ਕੋਈ ਮંત્રી ਸੋਨਾ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮੋਹੱਲੇ ਵਾਲੇ ਜ਼ਰੂਰ ਹੈ ਜਿਹੜੀ ਪੰਜੀ ਚਾਤ ਮਾਰੀ ਜਾਵੇ ਤੇ ਮੋਹੱਲਾ ਵਾਸੀਆਂ ਨੂੰ ਜੋ ਦਿੱਕਤਾਂ ਪੇਸ਼ ਆ ਰਹੀਆਂ ਨੇ ਉਹਨਾਂ ਦਾ ਜਿਹੜਾ ਹੱਲ ਕੀਤਾ ਜਾਵੇ ਕੈਮਰਾ ਪਰਸਨ ਬਲਜਿੰਦਰ ਸਿੰਘ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਸ਼ਰਪਰ ਇੰਦਸ ਦੇ ਨਾਲ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ